ਉੱਤਰ ਭਾਰਤ ਵਿੱਚ ਪੈ ਰਹੀ ਠੰਡ ਦੇ ਨਾਲ ਜਿੱਥੇ ਹੁਣ ਦੂਜੇ ਪਾਸੇ ਧੁੰਦ ਦਾ ਵੀ ਕਹਿਰ ਨਜ਼ਰ ਆਇਆ, ਤੁਹਾਨੂੰ ਤਸਵੀਰਾਂ ਨਾਭੇ ਦਿਖਾ ਦੇ, ਨਾਭੇ ਤਸਵੀਰਾਂ ਨੇ, ਤੁਸੀਂ ਦੇਖ ਸਕਦੇ ਹੋ ਵੀ 6 ਵਜੇ ਤੋਂ ਜਿਹੜੀ ਕਾਫੀ ਸੰਘਣੀ ਧੁੰਦ ਇੱਥੇ ਪੈ ਗਈ ਕਿ ਵਿਜੀਬਿਲਟੀ ਬਿਲਕੁਲ 0 ਹੋ ਚੁੱਕੀ ਆ। ਸ਼ਹਿਰ ਵਿੱਚ ਇਹ ਹਾਲ ਆ ਅਤੇ ਬਾਹਰ ਮੇਨ ਰੋਡ 'ਤੇ ਕੀ ਹਾਲ ਆ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ। ਤਸਵੀਰਾਂ ਤੁਹਾਨੂੰ ਨਾਭਾ ਸ਼ਹਿਰ ਦੀਆਂ ਵਿਖਾ ਦਈਏ। ਨਾਭਾ ਸ਼ਹਿਰ ਦੇ ਅੰਦਰ ਬਿਲਕੁਲ ਧੁੰਦ ਜੋ ਛਾ ਗਈ ਹੈ ਅਤੇ ਵਿਜੀਬਿਲਟੀ ਬਿਲਕੁਲ 0 ਹੋ ਚੁੱਕੀ ਹੈ। ਜੋ ਵਾਹਨਾਂ ਦੀਆਂ ਬ੍ਰੇਕਾਂ ਵੀ ਇੱਥੇ ਲੱਗ ਚੁੱਕੀਆਂ, ਤੁਹਾਨੂੰ ਤਸਵੀਰਾਂ ਵਿੱਚ ਸਾਫ ਨਜ਼ਰ ਆ ਰਿਹਾ। ਜੋ ਕਾਰ ਚਾਲਕ ਨੇ ਇੱਥੇ ਰੁਕ ਚੁੱਕੇ ਨੇ। ਕੀ ਕਾਰਨ ਆ ਜਿਹੜੀ ਤੁਸੀਂ ਇੱਥੇ ਕਾਰ ਖੜਾਈ ਆ? ਸਰ, ਧੁੰਦ ਇੱਕਦਮ ਹੀ 6 ਵਜੇ ਤੋਂ ਬਾਅਦ ਪੂਰੀ ਇੱਕਦਮ ਹੀ ਉਤਰਿਆ। ਅਸੀਂ ਸੰਗਰੂਰ ਤੋਂ ਆ ਰਹੇ ਹਾਂ ਅਤੇ ਸਾਨੂੰ ਰੋਡ ਦੇ ਉੱਤੇ ਤਾਂ ਕਾਫੀ ਜ਼ਿਆਦਾ ਹੈਗੀ ਆ ਅਤੇ ਸਾਨੂੰ ਚੱਲਦੇ ਵੀ ਬੜਾ ਸਮਾਂ ਹੋ, ਸਾਨੂੰ 1.5 ਘੰਟੇ ਤੋਂ ਉੱਪਰ ਹੋ ਗਿਆ ਅਸੀਂ ਸੰਗਰੂਰ ਤੋਂ ਚੱਲੇ ਹੋਏ ਹਾਂ ਜੀ ਅਤੇ ਹੁਣ ਅਸੀਂ ਨਾਭੇ ਪਹੁੰਚੇ ਹਾਂ ਅਤੇ ਅੱਗੇ ਅਸੀਂ ਪਟਿਆਲੇ ਜਾਣਾ ਜੀ। ਹੁਣ ਪਟਿਆਲੇ ਜਾਣ ਦੀ ਸੰਭਾਵਨਾ ਸਾਨੂੰ ਘੱਟ ਲੱਗਦੀ ਹੈ ਕਿਉਂਕਿ ਰੋਡ 'ਤੇ ਬਹੁਤ ਜ਼ਿਆਦਾ ਧੁੰਦ ਆ, ਸ਼ਹਿਰ ਦੇ ਅੰਦਰ ਹੀ ਇੰਨੀ ਧੁੰਦ ਵੱਧ ਗਈ ਹੈ ਸਾਨੂੰ ਜਾਣ ਦੀ ਬੜੀ ਪਰੇਸ਼ਾਨੀ ਹੋ ਸਕਦੀ ਹੈ। ਜਿਹੜੇ ਸੜਕ ਹਾਦਸਿਆਂ 'ਚ ਵੀ ਵਾਧਾ ਹੋ ਰਿਹਾ, ਜਿਵੇਂ ਇਸ ਤਰ੍ਹਾਂ ਧੁੰਦ ਆ ਗਈ ਇਸ ਧੁੰਦ ਦੇ ਵਿੱਚ ਸੜਕ ਹਾਦਸੇ ਦੁਰਘਟਨਾ ਦਾ ਸੰਭਾਵਨਾ ਤਾਂ ਹੈਗੀ ਹੈ ਜੀ, ਬਹੁਤ ਜ਼ਿਆਦਾ ਧੁੰਦ ਹੋ ਰਹੀ ਆ। ਕਈ ਵਾਰੀ ਆਪਾਂ ਕਿਸੇ ਛੋਟੇ ਵਹੀਕਲ ਨੇ ਕੋਈ ਸਾਈਕਲ ਵਾਲੇ ਨਾਲ ਜਾਂਦੇ ਨੇ, ਨਹੀਂ ਪਤਾ ਲੱਗਦਾ ਤਾਂ ਉਹਨਾਂ ਨੂੰ ਵੀ ਫੇਟ ਲੱਗਣ ਦਾ ਡਰ ਰਹਿੰਦਾ ਜੀ। ਤੁਸੀਂ ਧੁੰਦ ਇਹ ਪਹਿਲੀ ਵਾਰੀ ਦੇਖਿਆ ਜਿਵੇਂ 6 ਵਜੇ ਤੋਂ ਇੰਨੀ ਸੰਘਣੀ ਧੁੰਦ ਪੈ ਰਹੀ ਆ? ਜਿਵੇਂ ਸਵੇਰੇ ਤਾਂ ਤੁਸੀਂ ਦੇਖਦੇ ਸੀ ਜਿਹੜੇ ਸ਼ਾਮ ਨੂੰ 6 ਵਜੇ, ਰਾਤ ਨੂੰ ਕੁਛ ਵਿਖਾਈ ਵੀ ਨਹੀਂ ਦੇ ਰਿਹਾ ਹੈਗਾ। ਸਵੇਰੇ ਵੀ ਧੁੰਦ ਹੈਗੀ ਸੀ ਕਾਫੀ, 12 ਵਜੇ ਮੌਸਮ ਥੋੜ੍ਹਾ ਸਾਫ਼ ਹੋਇਆ ਸੀ 3 ਵਜੇ ਤੱਕ, ਸਾਨੂੰ ਲੱਗਿਆ ਸੀ ਵੀ ਹੁਣ ਸ਼ਾਮ ਨੂੰ ਧੁੰਦ ਘੱਟ ਹੋਊਗੀ, ਚਲੋ ਅਸੀਂ ਸ਼ਾਮ ਨੂੰ ਚੱਲੇ ਤਾਂ ਧੁੰਦ ਹੁਣ ਬਹੁਤ ਜ਼ਿਆਦਾ, ਅਤੇ ਮੈਂ ਪਹਿਲੀ ਵਾਰੀ ਦੇਖ ਰਿਹਾ ਵੀ ਇੰਨੀ ਜ਼ਿਆਦਾ ਆਪਣੇ ਲਾਈਫ ਦੇ ਵਿੱਚ ਵੀ 5-7 ਸਾਲਾਂ ਤੋਂ ਬਾਅਦ ਇਹ ਧੁੰਦ ਪੈਣ ਲੱਗੀ ਹੈ ਜੀ। ਤੁਸੀਂ ਦੇਖਿਆ ਜੋ ਕਾਰ ਚਾਲਕ ਨੇ ਉਹਨਾਂ ਦੀ ਬ੍ਰੇਕਾਂ ਲੱਗ ਚੁੱਕੀਆਂ ਨੇ ਕਿਉਂਕਿ ਧੁੰਦ ਇੰਨੀ ਜ਼ਿਆਦਾ ਅਤੇ ਜਿਸ ਕਰਕੇ ਜਿਹੜੇ ਵਾਹਨਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ, ਆਪਣੀ ਮੰਜ਼ਿਲ 'ਤੇ ਜਾਣ ਲਈ ਹੋਰ ਕੜੀ ਮੁਸ਼ਕਤ ਕਰਨੀ ਪੈ ਰਹੀ ਹੈ। ਸਾਡੇ ਨਾਲ ਹੋਰ ਵੀ ਜੋ ਸ਼ਹਿਰ ਨਿਵਾਸੀ ਨੇ ਉਹਨਾਂ ਨਾਲ ਗੱਲ ਕਰਦੇ ਹਾਂ। ਕਿਸ ਤਰ੍ਹਾਂ ਦੇਖਦੇ ਹੋ ਜੋ 6 ਵਜੇ ਤੋਂ ਧੁੰਦ ਸ਼ੁਰੂ ਹੋਈ, ਪਹਿਲਾਂ ਇਸ ਤਰ੍ਹਾਂ ਦੀ ਦੇਖੀ ਹੈ ਧੁੰਦ? ਨਹੀਂ, ਅੱਜ ਤੋਂ ਪਹਿਲਾਂ ਮੈਨੇ ਅਸੀਂ ਕਦੇ ਵੀ ਨਹੀਂ ਦੇਖੀ, ਮੇਰੀ ਲਾਈਫ ਵਿੱਚ ਸਭ ਤੋਂ ਜ਼ਿਆਦਾ ਹੈ ਅਬ ਤੱਕ ਕੀ ਸਭ ਤੋਂ ਜ਼ਿਆਦਾ ਧੁੰਦ। ਦਿਨ ਮੇ ਤੋਂ ਹੋ ਕੇ ਰਾਤ ਕੋ ਪਹਿਲੀ ਵਾਰੀ ਦੇਖੀ? ਰਾਤ ਕੋ ਪਹਿਲੀ ਵਾਰ ਦੇਖੀ, ਸੁਬਹ ਇਤਨੀ ਜਲਦੀ ਉਠਾ ਨਹੀਂ ਜਾਤਾ ਕਿ ਧੁੰਦ ਦੇਖ ਲੇ। ਕਿਤਨੀ ਕੁ ਮੁਸ਼ਕਲ ਆ ਰਹੀ ਹੈ, ਕਿਆ ਕੰਮ ਹੈ ਜੋ ਬਾਜ਼ਾਰ ਮੇ ਨਿਕਲੇ ਹੋ? ਹਮ ਸੁਨ ਦੇਖਣੇ ਨਿਕਲੇ ਔਰ ਕੋਈ ਕਾਮ ਨਹੀਂ, ਮੌਸਮ ਕਾ ਮਜ਼ਾ ਲੈ ਰਿਹਾ। ਹਾਂਜੀ, ਸੈਲੀਬ੍ਰੇਟ ਕਰ ਰਹੇ ਹੈ? ਹਾਂਜੀ, ਬਸ ਪਹਿਲੀ ਵਾਰੀ ਦੇਖਾ ਹੈ ਇਹ ਸਭ? ਹਾਂਜੀ, ਇਹ ਤਾਂ ਪਹਿਲੀ ਵਾਰੀ ਦੇਖਾ ਹੈ। ਕਿਸ ਤਰ੍ਹਾਂ ਦੇਖਦੇ ਹੋ ਧੁੰਦ ਜਿਹੜੀ ਹੈਗੀ ਅੱਜ ਇੰਨੀ ਵਧੀਆ? ਦਿਨ 'ਚ ਤਾਂ ਕੁਛ ਹੱਦ ਤੱਕ ਠੀਕ ਸੀਗਾ ਜੀ, 6 ਵਜੇ ਤੋਂ ਬਾਅਦ ਕੁਛ ਜ਼ਿਆਦਾ ਹੀ ਧੁੰਦ ਪੈਣ ਲੱਗ ਗਈ, ਜਿਸ 'ਚ ਆਪਾਂ ਨੂੰ ਕੁਛ ਦਿਖ ਨਹੀਂ ਰਿਹਾ। ਕਿੰਨੀ ਕੁ ਮੁਸ਼ਕਲ ਆ ਰਹੀ ਹੈ? ਕੁਛ ਜ਼ਿਆਦਾ ਹੀ ਆ ਰਹੀ ਹੈ ਜੀ, ਦਿਖਾਈ ਨਹੀਂ ਦੇ ਰਿਹਾ ਕੁਛ ਵੀ। ਪਹਿਲਾਂ ਦੇਖਿਆ ਦਿਨ ਤਾਂ ਚਲੋ ਹੁੰਦੀ ਸੀ, ਰਾਤ ਥੋੜ੍ਹਾ ਜਿਹਾ ਬੈਟਰ ਸੀ, ਹੁਣ ਕੁਛ ਜ਼ਿਆਦਾ ਹੀ ਹੈ। ਕਿੰਨੇ ਵਜੇ ਦੀ ਧੁੰਦ ਪੈ ਰਹੀ ਹੈ? 6 ਵਜੇ ਤੋਂ ਬਾਅਦ ਕੁਛ ਜ਼ਿਆਦਾ ਹੀ, ਵੈਸੇ ਤਾਂ ਦਿਨ 'ਚ ਵੀ ਸੀ ਪਰ ਘੱਟ ਸੀ। ਕਿਸ ਤਰ੍ਹਾਂ ਦੇਖਦੇ ਹੋ ਜੋ ਧੁੰਦ ਦਾ ਕਹਿਰ ਆ, ਪਹਿਲਾਂ ਅੱਜ ਦਿਨ ਭਰ ਸਾਰੇ ਰਹੀ ਅਤੇ ਹੁਣ ਰਾਤ ਨੂੰ ਵੀ ਜਿਹੜਾ ਹੈਗਾ ਆ ਰਹੀ ਹੈ ਧੁੰਦ? ਧੁੰਦ ਦਾ ਕਹਿਰ ਤਾਂ ਵੀਰ ਜੀ ਬਹੁਤ ਜ਼ਿਆਦਾ ਜੀ, ਅਸੀਂ ਨੇ ਪਟਿਆਲੇ ਜਾਣਾ ਸੀ, ਅਸੀਂ ਰੋਟੀ ਦੇ ਪੁਲਾਂ ਤੋਂ ਹੀ ਵਾਪਸ ਆ ਗਏ ਕਿ ਕੁਛ ਵੀ ਨਹੀਂ ਦਿਖ ਰਿਹਾ ਅੱਗੇ, ਕਿ ਧੁੰਦ ਦਾ ਇੰਨਾ ਕਹਿਰ ਆ ਕਿ ਦੱਸ ਨਹੀਂ ਸਕਦੇ ਵੀਰ ਜੀ। ਅਸੀਂ ਵਾਪਸੇ ਘਰ ਨੂੰ ਜਾ ਰਹੇ ਹਾਂ ਹੁਣ ਜੀ। ਐਕਸੀਡੈਂਟ ਹੋਣ ਦਾ ਵੀ ਕਾਰਨ ਆ ਜੀ, ਇਹ ਧੁੰਦ ਕੱਲ੍ਹ ਤੋਂ ਪੈਣ ਲੱਗੀ, ਅੱਜ ਬਹੁਤ ਜ਼ਿਆਦਾ ਆ। ਵੈਸੇ ਸ਼ਹਿਰ ਖੇਤਾਂ ਵਗੈਰਾ 'ਚ ਤਾਂ ਦੇਖਦੇ ਸੀ, ਐਕਚੁਅਲੀ ਅੱਜ ਪਹਿਲੀ ਵਾਰ ਦੇਖ ਰਿਹਾ ਕਿ ਜਿਹੜੀ ਕਿ 6:30 ਵਜੇ ਹੀ ਪੂਰੇ ਸ਼ਹਿਰ ਦੇ ਵਿੱਚ ਇੰਨੀ ਧੁੰਦ ਪੈ ਗਈ ਜੀ।
ਕੁਝ ਦਿਖਾਈ ਨਹੀਂ ਦੇ ਰਿਹਾ? ਕੁਝ ਵੀ ਨਹੀਂ ਦਿਖਾਈ ਦੇ ਰਿਹਾ, ਸਾਹਮਣੇ ਰੇਹੜੀ ਹੈ ਜੀ ਉਹ ਵੀ ਨਹੀਂ ਦਿਖ ਰਹੀ। ਇਹ ਧੁੰਦ ਬਹੁਤ ਜ਼ਿਆਦਾ ਜੀ, ਅਸੀਂ ਕਦੋਂ ਦੇ ਚੱਲੇ ਹੋਏ ਹਾਂ, ਪਟਿਆਲੇ ਤੋਂ ਆ ਰਹੇ ਸੀ, ਮੈਂ ਕਹਿੰਦਾ ਘੰਟਾ ਲੱਗ ਗਿਆ, ਜਿਹੜਾ 20-25 ਮਿੰਟਾਂ ਦਾ ਸਫ਼ਰ ਹੈਗਾ। ਇੱਥੇ ਕਦੇ ਚਾਰਿਆਂ ਦੇ ਇੰਡੀਕੇਟਰ ਡੀਪਰ ਐਟ ਨਾਈਟ ਚੱਲ ਰਹੇ ਨੇ, ਰਸਤੇ 'ਚ ਕੁਛ ਨਹੀਂ ਦਿਖ ਰਿਹਾ ਵੀ ਇਹ ਆ ਵੀ ਸਾਰੇ ਜਣੇ ਸੰਭਲ ਕੇ ਚੱਲਣ। ਮੋਰ ਦੈਨ ਬੈਟਰ ਇਹੀ ਆ ਵੀ ਸਾਰਿਆਂ ਨੂੰ ਕੈਸਟ ਆ, ਕੰਮ ਸੇ ਕੰਮ ਨਿਕਲਣ ਘਰ ਤੋਂ ਬਾਹਰ। ਬਸ ਬਾਕੀ ਜੀ ਪਹਿਲੀ ਵਾਰੀ ਜਦੋਂ ਸ਼ਹਿਰ ਵਿੱਚ ਇਹ ਹਾਲ ਆ, ਜਿਹੜਾ ਬਾਹਰ ਆ ਮੇਨ ਰੋਡ 'ਤੇ ਕੀ ਹਾਲ ਹੁੰਦਾ? ਮੇਨ ਰੋਡ 'ਤੇ ਬਹੁਤ ਜ਼ਿਆਦਾ ਬੁਰਾ ਹਾਲ ਹੈ ਜੀ, ਇਹੀ ਕਹਿ ਸਕਦੇ ਹਾਂ ਵੀ ਜਿੰਨਾ ਵੱਧ ਤੋਂ ਵੱਧ ਹੈ ਘਰ 'ਚ ਹੀ ਰਹੋ, ਮਜਬੂਰੀ ਨੂੰ ਹੀ ਬਾਹਰ ਨਿਕਲੋ, ਨਹੀਂ ਕੋਈ ਫਾਇਦਾ ਨਹੀਂ ਜੀ, ਘੰਟਣਾ ਕੁਛ ਵੀ ਘਟ ਸਕਦੀ ਹੈ। ਤੁਸੀਂ ਦੇਖਿਆ ਜੋ ਕਾਰ ਚਾਲਕ ਨੇ, ਇਹਨਾਂ ਦਾ ਇਹੀ ਕਹਿਣਾ ਕਿ ਜੋ ਧੁੰਦ ਆ ਰਸਤੇ ਵਿੱਚ ਬਹੁਤ ਜ਼ਿਆਦਾ ਗਾ, ਕਿਉਂਕਿ ਲਗਾਤਾਰ ਜੋ ਧੁੰਦ ਦਾ ਕਹਿਰ ਵੱਧਦਾ ਜਾ ਰਿਹਾ, ਵਿਜੀਬਿਲਟੀ ਬਿਲਕੁਲ ਜ਼ੀਰੋ ਹੋ ਚੁੱਕੀ ਆ। ਜੋ ਸ਼ਾਮ ਨੂੰ 6 ਵਜੇ ਇੱਥੇ ਬਿਲਕੁਲ ਸੰਘਣੀ ਧੁੰਦ ਸ਼ਹਿਰ ਵਿੱਚ ਛਾ ਗਿਆ, ਇੱਥੇ ਵੀ ਕੁਝ ਦਿਖਾਈ ਨਹੀਂ ਦਿੰਦਾ, ਅਤੇ ਜੋ ਬਾਹਰ ਮੇਨ ਰੋਡ 'ਤੇ ਹੋਰ ਵੀ ਜ਼ਿਆਦਾ ਮੁਸ਼ਕਲ ਜਿਹੜੇ ਵਾਹਨ ਚਾਲਕਾਂ ਨੂੰ ਆ ਰਹੀ ਆ। ਅਤੇ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹੁੰਦੇ ਹਾਂ, ਤੁਸੀਂ ਜੋ ਧੁੰਦ ਦੇ ਕਹਿਰ ਤੋਂ ਬਚਣ ਲਈ ਤੁਸੀਂ ਘੱਟ ਤੋਂ ਘੱਟ ਡਰਾਈਵ ਕਰੋ, ਆਪਣੇ ਘਰ ਰਹੋ। ਪੂਰੇ ਉੱਤਰ ਭਾਰਤ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ, ਠੰਡ ਦੇ ਨਾਲ ਨਾਲ ਧੁੰਦ ਫੋਗ ਵੀ ਜ਼ੋਰਦਾਰ ਢੰਗ ਨਾਲ ਪੈ ਰਹੀ ਹੈ। ਇਸ ਵੇਲੇ ਅਸੀਂ ਕਪੂਰਥਲਾ 'ਚ ਮੌਜੂਦ ਹਾਂ, ਔਰ ਕਪੂਰਥਲਾ ਦੇ ਇੱਕ ਅਜਿਹੇ ਰਿਹਾਇਸ਼ੀ ਇਲਾਕੇ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਅਕਸਰ ਇਸ ਸਮੇਂ ਤੱਕ ਲੋਕ ਆਪਣੇ ਘਰਾਂ 'ਚ ਕੰਮਾਂ ਤੋਂ ਵਾਪਸ ਆਉਂਦੇ ਨੇ। ਪਰ ਤਸਵੀਰਾਂ 'ਚ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਸ ਤਰ੍ਹਾਂ, ਤੁਸੀਂ ਦੇਖੋ ਤਸਵੀਰਾਂ ਕਿ ਜਿਹੜੀ ਫੋਗ ਹੈ, ਤੁਸੀਂ ਦੇਖ ਸਕਦੇ ਹੋਵੋਗੇ ਤਸਵੀਰਾਂ ਦੇ ਵਿੱਚ, ਜਿਹੜੀ ਫੋਗ ਹੈ ਉਹ ਪੂਰੀ ਤਰ੍ਹਾਂ ਧੁੰਦ ਜਿਹੜੀ ਹੈ ਪੂਰੀ ਤਰ੍ਹਾਂ ਰਿਹਾਇਸ਼ੀ ਇਲਾਕਿਆਂ 'ਚ ਵੀ ਪੈ ਚੁੱਕੀ ਹੈ, ਔਰ ਇੱਥੇ ਜਿਹੜੀ ਵਿਜ਼ੀਬਿਲਟੀ ਹੈ, ਦੇਖਣ ਦੀ ਸ਼ਮਤਾ ਹੈ, ਉਹ ਘੱਟ ਰਹੀ ਹੈ, ਔਰ ਲੋਕ ਕਿੱਥੇ ਨਾ ਕਿੱਥੇ ਇਸ ਧੁੰਦ ਦਾ ਸ਼ਿਕਾਰ ਹੋ ਗਏ ਨੇ। ਔਰ ਇਹ ਉਹ ਰਿਹਾਇਸ਼ੀ ਇਲਾਕੇ ਨੇ ਜਿੱਥੇ ਅਕਸਰ ਬੱਚੇ ਰਾਤ ਨੂੰ ਗਲੀ ਦੇ ਵਿੱਚ ਸੈਰ ਕਰਦੇ ਨੇ ਜਾਂ ਹੋਰ ਲੋਕ ਆਪਣੇ ਆਪਣੇ ਘਰਾਂ 'ਚ ਵਾਪਸ ਆਉਂਦੇ ਨੇ। ਤੁਹਾਨੂੰ ਤਸਵੀਰਾਂ 'ਚ ਇੱਕ ਵਾਰ ਫਿਰ ਤੋਂ ਦਿਖਾ ਦਿੰਦੇ ਹਾਂ ਕਿ ਕਿਸ ਤਰ੍ਹਾਂ ਜਿਹੜੀ ਫੋਗ ਹੈ ਉਹ ਪੂਰੀ ਤਰ੍ਹਾਂ ਫੈਲੀ ਹੋਈ ਹੈ, ਵਿਜੀਬਿਲਟੀ ਜ਼ੀਰੋ ਹੋਈ ਹੋਈ ਹੈ, ਔਰ ਜਿਹੜਾ ਵਾਹਨਾਂ ਦਾ, ਅਲੱਗ ਅਲੱਗ ਵਾਹਨਾਂ ਦਾ ਚੱਲਣਾ ਵੀ ਬੜਾ ਮੁਸ਼ਕਲ ਹੋਇਆ ਪਿਆ। ਸਾਡੇ ਸਾਹਮਣੇ ਇੱਕ ਕਾਰ ਆ ਰਹੀ ਹੈ, ਇਹ ਵੀ ਕਿਤੇ ਨਾ ਕਿਤੇ ਆਪਣੇ ਕੰਮ ਤੋਂ ਵਾਪਸ ਆ ਰਹੇ ਨੇ ਜਾਂ ਕੰਮ 'ਤੇ ਜਾ ਰਹੇ ਨੇ। ਇਹਨਾਂ ਨਾਲ ਗੱਲ ਕਰ ਲੈਂਦੇ ਹਾਂ, ਤੁਸੀਂ ਕਿੱਥੋਂ ਆਏ ਔਰ ਕਿੱਥੇ ਜਾ ਰਹੇ ਹੋ, ਕਿਸ ਕੰਮ ਲਈ ਜਾ ਰਹੇ ਹੋ? ਅਸੀਂ ਚੱਲੇ ਸੀਗੇ ਮਾੜਾ ਜਿਹਾ ਕੰਮ ਸੀਗਾ ਬਾਜ਼ਾਰੋਂ ਸਮਾਨ ਲੈਣ, ਅਤੇ ਪਰ ਧੁੰਦ ਦੇ ਕਾਰਨ ਬਹੁਤ ਸਾਨੂੰ ਮੁਸ਼ਕਿਲ ਆਉਂਦੀ ਪਈ ਹੈ ਜਾਣ ਵਿੱਚ। ਹੁਣ ਦੇਖੋ, ਹੁਣ ਥੋੜ੍ਹਾ ਜਿਹਾ ਹੌਲੀ ਹੌਲੀ ਜਾ ਕੇ ਕਾਰ ਵਿੱਚ ਜਾ ਹੁੰਦਾ ਬਾਈਕ। ਤੁਸੀਂ ਦਿਨ ਦੇ ਵਿੱਚ ਜਦੋਂ ਆਏ ਸੀ ਤਾਂ ਕਿੰਨੇ ਵਜੇ ਧੁੰਦ ਪੈ ਗਈ? ਅਪਰੋਕਸੀਮੇਟਲੀ 3-4 ਵਜੇ ਧੁੰਦ ਗਿਰਨੀ ਸ਼ੁਰੂ ਹੋ ਗਈ ਸੀ, ਪਰ 6 ਵਜੇ ਤੱਕ ਤਾਂ ਪੂਰੀ ਮਤਲਬ ਜ਼ਿਆਦਾ ਧੁੰਦ ਹੋ ਗਈ ਸੀਗੀ, ਦਿਖਣਾ ਵੀ ਬੰਦ ਹੋ ਗਿਆ ਸੀਗਾ ਅੱਗੇ ਥੋੜ੍ਹਾ ਜਿਹਾ, ਕਾਰ ਬਹੁਤ ਮੁਸ਼ਕਿਲ ਨਾਲ ਚਲਾ ਕੇ ਆਇਆ ਮੈਂ। ਅਤੇ ਹੁਣ ਕੋਈ ਬਹੁਤ ਜ਼ਰੂਰੀ ਕੰਮ ਹੈ ਜਿਹੜਾ ਤੁਸੀਂ ਜਾ ਰਹੇ ਹੋ? ਹਾਂਜੀ, ਥੋੜ੍ਹਾ ਜਿਹਾ ਮੈਂ ਸਮਾਨ ਲੈਣ ਜਾਣਾ ਸੀ, ਘਰ ਦਾ ਇੰਪੋਰਟੈਂਟ ਸਮਾਨ ਸੀਗਾ ਉਹ ਲੈਣ ਜਾਣਾ ਸੀਗਾ, ਅਤੇ ਤਾਂ ਹੁਣ ਜਾਣਾ ਪਿਆ ਮੈਨੂੰ। ਸੋ ਤੁਸੀਂ ਜਿਸ ਤਰ੍ਹਾਂ ਦੱਸਿਓ ਕਿ ਔਖਾ ਹੋ ਰਿਹਾ ਸੀ ਗੱਡੀ ਚਲਾਉਣਾ, ਕੀ ਅਪੀਲ ਕਰਦੇ ਹੋ ਲੋਕਾਂ ਨੂੰ ਇਸ ਵਿੱਚ? ਮੈਂ ਇਹੀ ਅਪੀਲ ਕਰਦਾ ਕਿ ਥੋੜ੍ਹਾ ਸੇਫਟੀ ਨਾਲ ਆਪਣਾ ਜਾਣ, ਜਿੱਥੇ ਵੀ ਜਾਣ ਇੱਕ ਕਵਰ ਕਰਕੇ ਜਾਣ ਕਿ ਠੰਡ ਬਹੁਤ ਆ, ਬੁਖਾਰ ਵਗੈਰਾ ਹੋਣ ਦਾ ਚਾਂਸ ਆ। ਅਤੇ ਉੱਦਾਂ ਜੇ ਵਿਜੀਬਿਲਟੀ ਦੇ ਇੱਕ ਡਰਾਈਵਰ ਦੇ ਤੌਰ ਤੇ ਕਿਸ ਤਰ੍ਹਾਂ ਦੇ? ਡਰਾਈਵਰ ਦੇ ਤੌਰ ਤੇ ਮੈਂ ਇਹੀ ਕਹਿੰਦਾ ਕਿ ਆਪਣਾ ਹੌਲੀ ਚਲਾਉਣ, ਹੈਡਲਾਈਟਸ ਵਗੈਰਾ ਥੋੜ੍ਹਾ ਚਲਾ ਕੇ ਬਿਲਕੁਲ ਚਲਾ ਕੇ ਜਾਣ, ਬਿਲਕੁਲ ਹੌਲੀ ਸੇਫਟੀ ਨਾਲ ਜਾਣ, ਕੋਈ ਖਾਲੀ ਨਾ ਕਰਨ, ਲੇਟ ਪਹੁੰਚ ਜਾਣ ਪਰ ਠੀਕ ਆ, ਪੂਰੇ ਸੁਰੱਖਿਅਤ ਪਹੁੰਚਣ। ਸੋ ਇਹ ਸਨ ਉਹ ਲੋਕ ਜਿਹੜੇ ਧੁੰਦ ਦੇ ਇਸ ਜਿਹੜਾ ਧੁੰਦ ਦਾ ਕਹਿਰ ਆ ਉਸਦਾ ਸਾਹਮਣਾ ਕਰ ਰਹੇ ਨੇ। ਕਿੱਥੇ ਕਿਤੇ ਕੁਛ ਲੋਕ ਵੀ ਗਲੀ 'ਚ ਮੌਜੂਦ ਹੈ, ਉਹਨਾਂ ਕੋਲੋਂ ਵੀ ਜਾਣ ਲੈਂਦੇ ਹਾਂ। ਅੱਜ ਤੁਸੀਂ ਕਿਸ ਤਰ੍ਹਾਂ ਸੈਰ ਲਈ ਨਿਕਲੇ ਸੀ ਔਰ ਕੀ ਕਹਿਣਾ ਚਾਹੁੰਦੇ ਹੋ? ਬਸ ਸੈਰ ਵਾਸਤੇ ਨਿਕਲੇ ਸੀ, ਪਰ ਜਾਣ ਦਾ ਮਨ ਨਹੀਂ ਕਰ ਰਿਹਾ ਪਿਆ, ਨਹੀਂ ਧੁੰਦਾ ਦਿਸ ਦਿਖਾਈ ਕੁਛ ਨਹੀਂ ਦੇ ਰਿਹਾ। ਡਿਊਟੀ ਤੋਂ ਵੀ 5 ਵਜੇ ਆਇਆ, 5 ਵਜੇ ਵੀ ਬੜੀ ਮੁਸ਼ਕਲ ਡਿਊਟੀ ਤੋਂ ਵਾਪਸ ਘਰ ਆਇਆ, ਇਤਨੀ ਧੁੰਦ ਪੈ ਰਹੀ ਹੈ, ਕੁਛ ਦਿਖਾਈ ਨਹੀਂ ਦਿੰਦਾ ਹੈਗਾ। ਇਹ ਅਕਸਰ ਰੋਜ਼ਾਨਾ 'ਚ ਇਸ ਵੇਲੇ ਕੀ ਮਾਹੌਲ ਹੁੰਦਾ ਹੈ?
ਰੋਜ਼ਾਨਾ ਹੀ ਇਸ ਤਰ੍ਹਾਂ ਦਾ ਮਾਹੌਲ ਆ ਧੁੰਦ ਦਾ ਬਹੁਤ, ਲੋਕਾਂ ਨੂੰ ਨਿਕਲਣਾ ਗਲੀ ਤੋਂ ਵੀ ਬਾਹਰ ਬਹੁਤ ਔਖਾ ਹੋਇਆ ਪਿਆ ਇੰਨੀ ਠੰਡ ਦੇ ਵਿੱਚ। ਤੁਸੀਂ ਕੀ ਮੰਨਦੇ ਹੋ ਕਿ ਇਹ ਜਿਹੜੀ ਧੁੰਦ ਹੈ ਇਹ ਦੋ ਤਿੰਨ ਦਿਨਾਂ ਤੋਂ ਵਧੀ ਹੈ ਕਿ ਜਾਂ ਪਹਿਲਾਂ ਤੋਂ ਹੀ ਇਸ ਤਰ੍ਹਾਂ? ਪਿਛਲੇ ਇੱਕ ਦੋ ਦਿਨ ਤੋਂ ਬਹੁਤ ਜ਼ਿਆਦਾ ਧੁੰਦ ਹੈ, ਜਿਸ ਨਾਲ ਜਿਹੜੇ ਘਰੇਲੂ ਕੰਮ ਕਾਰ ਕਰਨੇ ਬਹੁਤ ਔਖੇ ਹੋਏ ਪਏ ਹਨ, ਔਰ ਜਿਹੜਾ ਸੈਰ ਆਪਾਂ ਰੂਟੀਨ ਚ ਕਰਦੇ ਸੀ ਉਸਦੇ ਵਿੱਚ ਵੀ ਦਿੱਕਤ ਆ ਰਹੀ ਹੈ। ਕੀ ਹੁਣ ਤੁਸੀਂ ਆਮ, ਕਿਉਂਕਿ ਇਸ ਧੁੰਦ ਦੇ ਵਿੱਚ ਕਿਤੇ ਨਾ ਕਿਤੇ ਹੋਰ ਵੀ ਸਮੱਸਿਆ ਆਉਂਦੀਆਂ, ਆਮ ਲੋਕ ਨੂੰ ਕੀ ਅਪੀਲ ਕਰਦੇ ਹੋ, ਕਿਸ ਤਰ੍ਹਾਂ ਖਿਆਲ ਰੱਖਣਾ? ਅਸੀਂ ਆਮ ਲੋਕਾਂ ਨੂੰ ਅਪੀਲ ਕਰਦੇ ਹਾਂ ਬਈ ਇਹੋ ਜਿਹੀ ਧੁੰਦ ਦੇ ਵਿੱਚ ਖਾਸ ਕਰਕੇ ਜਿਹੜੀ ਡਰਾਈਵਿੰਗ ਆ ਉਹ ਬਹੁਤ ਧਿਆਨ ਨਾਲ ਕੀਤੀ ਜਾਵੇ, ਔਰ ਕਾਰਾਂ ਦੇ ਉੱਤੇ ਫੋਗ ਲਾਈਟਾਂ ਲਾ ਕੇ ਬੜੇ ਆਰਾਮ ਨਾਲ ਜੇ ਜ਼ਰੂਰਤ ਹੋਵੇ ਤਾਂ ਹੀ ਘਰ ਤੋਂ ਬਾਹਰ ਨਿਕਲਿਆ ਜਾਵੇ, ਜੇ ਨਹੀਂ ਜ਼ਰੂਰਤ ਤਾਂ ਕਿਰਪਾ ਆਪਣੇ ਘਰ ਦੇ ਵਿੱਚ ਹੀ ਰਿਹਾ ਜਾਵੇ। ਪੋਹ ਦਾ ਮਹੀਨਾ ਚੱਲ ਰਿਹਾ ਅਤੇ ਅੱਜ ਪੂਰੇ ਪੰਜਾਬ ਦੇ ਵਿੱਚ ਇੱਕਦਮ ਧੁੰਦ ਨੇ ਦਸਤਕ ਦੇ ਦਿੱਤੀ ਹੈ। ਇਸ ਵਕਤ ਸੰਗਰੂਰ ਜ਼ਿਲ੍ਹੇ ਦੇ ਵਿੱਚ ਖੜ੍ਹੇ ਹਾਂ ਅਤੇ ਤੁਹਾਨੂੰ ਦੱਸ ਦਈਏ ਕਿ ਪੂਰੇ ਪੰਜਾਬ ਦੇ ਵਿੱਚ ਇੱਕਦਮ ਧੁੰਦ ਨੇ ਪੂਰਾ ਆਪਣਾ ਜਿਹੜਾ ਹੈਗਾ ਦਸਤਕ ਦੇ ਦਿੱਤੀ ਹੈ। ਚਾਰੇ ਪਾਸੇ ਧੁੰਦ ਪਸਰ ਰਹੀ ਹੈ ਅਤੇ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਇਸ ਵਕਤ ਅਸੀਂ ਸੰਗਰੂਰ ਦੇ ਪਿੰਡਾਂ ਦੇ ਵਿੱਚ ਮੌਜੂਦ ਹਾਂ। ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਿ ਚਾਰੇ ਪਾਸੇ ਨਿਗਾਹ ਮਾਰੋ, ਜਿੱਥੇ ਤੱਕ ਤੁਹਾਨੂੰ ਨਜ਼ਰ ਜਾਊਗੀ ਤੁਹਾਨੂੰ ਧੁੰਦ ਹੀ ਧੁੰਦ ਜਿਹੜੀ ਹੈਗੀ ਆ ਨਜ਼ਰ ਆਊਗੀ। ਚਾਰੇ ਪਾਸੇ ਕੈਮਰੇ ਦੇ ਵਿੱਚ ਤੁਹਾਨੂੰ ਧੁੰਦ ਨਜ਼ਰ ਆਉਂਦੀ ਦਿਖਾਈ ਦੇ ਰਹੀ ਹੋਊਗੀ, ਕਿਉਂਕਿ ਬਿਲਕੁਲ ਜਿਹੜੀ ਵਿਜ਼ੀਬਿਲਟੀ ਆ ਬਿਲਕੁਲ ਖਤਮ ਹੋ ਚੁੱਕੀ ਆ। ਬਿਲਕੁਲ ਧੁੰਦ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰਤਾ, ਮੌਸਮ ਦਾ ਇੱਕਦਮ ਫਰਕ ਪਿਆ। ਰਾਹਗੀਰ ਮੌਜੂਦ ਨੇ, ਬਾਈ ਜੀ ਕੀ ਨਾਮ ਆ ਤੁਹਾਡਾ ਜੀ? ਨਰਿੰਦਰ ਕੁਮਾਰ। ਕਿਵੇਂ ਦੇਖਦੇ ਹੋ ਇੱਕਦਮ ਧੁੰਦ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰਤਾ, ਕਿਸ ਤਰੀਕੇ ਨਾਲ ਦੇਖਦੇ ਹੋ ਕਿ ਇੱਕਦਮ ਜਿਹੜਾ ਧੁੰਦ ਹੈਗੀ ਆ ਉਹਨੇ ਬਿਲਕੁਲ ਘੰਟੇ ਦੇ ਵਿੱਚ ਵਿੱਚ ਕਿਤੇ ਨਾ ਕਿਤੇ ਜਾ ਕੇ ਇੱਕਦਮ ਧੁੰਦ ਵਧੀ ਆ, ਕਿਸ ਤਰੀਕੇ ਨਾਲ ਦੇਖਦੇ ਹੋ ਉਹਨੂੰ? ਬਾਈ ਪੰਜਾਬ ਦੇ ਵਿੱਚ ਆਹ ਦਿਨਾਂ ਦੇ ਵਿੱਚ ਵੈਸੇ ਸਰਦੀ ਤਾਂ ਹੁੰਦੀ ਹੈ, ਪਰ ਜਿਹੜੀ ਅੱਜ ਸਵੇਰ ਦੀ ਇੰਨੀ ਜ਼ਿਆਦਾ ਉਹ ਛਪੈਰੀ ਹੈ, ਇੰਨੀ ਜ਼ਿਆਦਾ ਧੁੰਦ, ਸ਼ਾਮ ਨੂੰ 4 ਵਜੇ ਸਾਨੂੰ ਪਤਾ ਲੱਗਿਆ ਸੀ ਵੀ ਧੁੰਦ ਬਹੁਤ ਜ਼ਿਆਦਾ ਪੈਣੀ ਹੈ। ਹੁਣ ਤਾਂ ਦਿਖਾਈ ਬਿਲਕੁਲ ਨਹੀਂ ਦਿੰਦਾ ਹੈਗਾ, ਸਿਰਫ 20 ਮੀਟਰ ਦੇ ਉੱਤੇ ਦਿਖਾਈ ਦੇ ਰਿਹਾ, ਉਸ ਤੋਂ ਅੱਗੇ ਕੁਛ ਨਹੀਂ ਦਿਖਾਈ ਦਿੰਦਾ। ਐਕਸੀਡੈਂਟਾਂ ਦਾ ਵੀ ਬਹੁਤ ਜ਼ਿਆਦਾ ਖਤਰਾ ਹੈ, ਅਤੇ ਆਵਾਜਾਈ ਦੇ ਵਿੱਚ ਹੁਣ ਸਾਈਕਲ ਵਾਲਾ ਬੰਦਾ ਵੀ ਸਾਈਕਲ 'ਤੇ ਨਹੀਂ ਜਾ ਸਕਦਾ, ਉਹਦੇ ਕਰਕੇ ਘੁੰਮ ਫਿਰਨ ਆਏ ਸੀ, ਪਰ ਬਾਹਰ ਦਿਖਾਈ ਕੁਛ ਨਹੀਂ ਦਿੰਦਾ। 4 ਸਵੇਰੇ ਧੁੰਦੇ ਧੁੰਦ ਦਿਖਾਈ ਦੇ ਰਹੀ ਹੈ, ਬਹੁਤ ਜ਼ਿਆਦਾ ਪਿਛਲੇ ਸਾਲਾਂ ਦੇ ਨੂੰ ਐਤਕੀ ਬਹੁਤ ਜਲਦੀ ਜਾਣੀ ਕਿ ਧੁੰਦ ਪੈਣੀ ਸ਼ੁਰੂ ਹੋ ਗਈ, ਔਰ ਹੱਦੋਂ ਵੱਧ ਹੈ, ਅਤੇ ਐਕਸੀਡੈਂਟਾਂ ਦਾ ਵੀ ਬਹੁਤ ਖਤਰਾ ਇਹਦੇ ਵਿੱਚ। ਸਾਰਿਆਂ ਨੂੰ ਮੇਰੇ ਤਾਂ ਹੱਥ ਮੰਨ ਕੇ ਬੇਨਤੀ ਹੈ ਵੀ ਭਾਈ ਦੇਖ ਕੇ ਆਪਣਾ ਸਫ਼ਰ ਕਰੋ। ਦਸੰਬਰ ਦਾ ਮਹੀਨਾ ਚੱਲ ਰਿਹਾ, ਹੁਣ ਤੱਕ ਲਗਭਗ ਠੀਕ ਠਾਕ ਨਜ਼ਰ ਆਉਂਦਾ ਰਿਹਾ, ਸ਼ਾਮ ਨੂੰ ਧੁੰਦ ਬਹੁਤ ਥੋੜ੍ਹੀ ਨਜ਼ਰ ਆਉਂਦੀ ਸੀ, ਪਰ ਇੱਕਦਮ ਅੱਜ ਧੁੰਦ ਨੇ ਜਿਹੜੀ ਦਸਤਕ ਦਿੱਤੀ ਆ ਉਸ ਤਰੀਕੇ ਨੂੰ ਕਿਵੇਂ ਦੇਖਦੇ ਹੋ? ਇੱਕਦਮ ਮੌਸਮ ਦਾ ਜਿਹੜਾ ਤਬਾਦਲਾ ਹੋਇਆ ਇਹ ਕੁਦਰਤ ਦਾ ਹੋਈ ਹੈ ਕੋਈ ਕਹਿਰ ਵੀ ਜਿਹੜਾ 1 ਲੱਖ ਤਾਂ ਇੰਨਾ ਜ਼ਿਆਦਾ ਅਟੈਕ ਹੋਇਆ ਧੁੰਦ ਦਾ, ਵੈਸੇ ਇੰਨੀ ਹੋਣੀ ਨਹੀਂ ਚਾਹੀਦੀ ਸੀ ਜਿੰਨਾ 1 ਲੱਖ ਇਹਨੇ ਹਮਲਾ ਕਰਤਾ ਕਿਸਮ ਦਾ, ਅਤੇ ਉਹਦੇ ਕਾਰਨ ਪਰਮਾਤਮਾ ਦੇ ਕੁਦਰਤ ਦਾ ਕ੍ਰਿਸ਼ਮ ਹੈ। ਰਾਹਗੀਰਾਂ ਨੂੰ ਕਿੰਨਾ ਕੁ ਫਰਕ ਪਊਗਾ, ਕਿਉਂਕਿ ਕਈ ਲੋਕ ਜਿਹੜੇ ਹੁਣ ਹੈਗੇ ਨੇ ਆਪਣੇ ਘਰਾਂ ਨੂੰ ਜਾ ਰਹੇ ਨੇ, ਰਾਤ ਦਾ ਸਫ਼ਰ ਕਰ ਰਹੇ ਨੇ, ਤਾਂ ਕਿੰਨਾ ਕੁ ਦੇਖਦਾ ਆ ਕੇ ਚੱਲਣ ਦੀ ਜ਼ਰੂਰਤ ਹੈਗੀ ਆ? ਵੀਰ ਜੀ, ਹੱਦੋਂ ਵੱਧ ਸੁਚੇਤ ਹੋ ਕੇ ਲਾਈਟਾਂ ਲਾ ਕੇ ਆਪਦੇ ਵਾਹਣਾਂ ਦੇ ਉੱਤੇ ਅਤੇ ਫਿਰ ਜਾਣ ਦਾ ਹੋਇਆ, ਕਿਉਂਕਿ ਲਾਈਟਾਂ ਲਾ ਕੇ ਵੀ ਨੀਂਦੀਆਂ ਨਹੀਂ, ਬਿਲਕੁਲ ਉੱਪਰ ਆ ਚੜ੍ਹਦਾ ਬੰਦਾ ਫਿਰ ਪਤਾ ਲੱਗਦਾ ਵੀ ਕੋਈ ਮੋਟਰਸਾਈਕਲ ਸਕੂਟਰ ਆ ਗਿਆ, ਆਪਾਂ ਤਾਂ ਤੁਰੇ ਜਾ ਰਹੇ ਹਾਂ ਆਵਾਜ਼ ਪਛਾਣ ਲਾਂਗੇ। ਜਿਹੜਾ ਬੰਦਾ ਗੱਡੀ ਦੇ ਵਿੱਚ ਹੈ ਉਹਨੂੰ ਬਹੁਤ ਜ਼ਿਆਦਾ ਖਤਰਾ ਹੈ, ਉਹਨੂੰ ਤਾਂ ਦਿਖਾਈ ਨਹੀਂ ਦਿੰਦਾ, ਜਦ ਗੱਡੀ ਉੱਪਰ ਆ ਕੇ ਚੜ੍ਹ ਜਾਂਦੀ ਹੈ ਫਿਰ ਹੀ ਪਤਾ ਲੱਗਦਾ। ਅਤੇ ਹੱਦੋਂ ਵੱਧ ਨੁਕਸਾਨ ਦੇ ਇਹ 1 ਲੱਖ 'ਤੇ ਇਹਨੇ ਅਟੈਕ ਕੀਤਾ, ਇੰਨੀ ਧੁੰਦ ਪਹਿਲਾਂ ਕਦੇ ਪਈ ਨਹੀਂ, ਆਹ ਧੁੰਦ ਸਭ ਤੋਂ ਜ਼ਿਆਦਾ ਸੰਘਣੀ, ਇੰਨੀ ਧੁੰਦ ਜਿਹਦੇ ਵਿੱਚ ਸਿਰਫ 20 ਮੀਟਰ ਦੀ ਜਗ੍ਹਾ 'ਤੇ ਦਿਖਾਈ ਦਿੰਦਾ, ਉਦੋਂ ਅੱਗੇ ਦਿਖਾਈ ਉਹ ਨਹੀਂ ਦਿੰਦਾ। ਬਹੁਤ ਇਹ ਕਿਸਮ ਦਾ ਬਚ ਕੇ ਰਹਿਣ ਵਾਲਾ ਸਮਾਂ,
ਆਵਾਜਾਈ ਦੇ ਵਿੱਚ ਸਾਰਿਆਂ ਨੂੰ ਹੱਥ ਬੰਨ ਕੇ ਇਹੀ ਬੇਨਤੀ ਹੈ ਵੀ ਭਾਈ ਆਪਦਾ ਦੇਖ ਕੇ ਲਾਈਟਾਂ ਲੂਟਾਂ ਲਾ ਕੇ ਪੂਰੇ ਧਿਆਨ ਦੇ ਨਾਲ ਡਰਾਈਵਿੰਗ ਕਰੋ ਤਾਂ ਜੋ ਘਟਨਾਵਾਂ ਤੋਂ ਬਚਿਆ ਜਾਵੇ। ਪੰਜਾਬ ਦੇ ਵਿੱਚ ਧੁੰਦ ਦਾ ਕਹਿਰ ਲਗਾਤਾਰ ਜਾਰੀ ਹੈ, ਸਵੇਰ ਤੋਂ ਲੈ ਕੇ ਸ਼ਾਮ ਤੱਕ ਅੱਜ ਸਾਰਾ ਦਿਨ ਧੁੰਦ ਛਾਈ ਰਹੀ। ਗੱਲ ਕਰੀਏ ਪਟਿਆਲਾ ਦੀ ਤਾਂ ਪਟਿਆਲਾ ਦੇ ਵਿੱਚ ਵੀ ਜਿਹੜੀ ਧੁੰਦ ਹੈ ਲਗਾਤਾਰ ਛਾਈ ਹੋਈ ਹੈ। ਮੈਂ ਇਸ ਵੇਲੇ ਪਟਿਆਲਾ ਚੰਡੀਗੜ੍ਹ ਨੈਸ਼ਨਲ ਹਾਈਵੇ ਦੇ ਜਿਹੜਾ ਓਵਰ ਬ੍ਰਿਜ ਉਹਦੇ ਬਿਲਕੁਲ ਹੇਠਾਂ ਮੌਜੂਦ ਹਾਂ ਅਤੇ ਇਹੀ ਜਿਹੜੀ ਸੜਕ ਹੈ ਤੁਹਾਨੂੰ ਹਾਲ ਦਿਖਾ ਦਈਏ ਕਿ ਕੁਝ ਫੁੱਟ ਦੀ ਦੂਰੀ 'ਤੇ ਵੀ ਕਿਸੇ ਨੂੰ ਕੁਝ ਨਜ਼ਰ ਨਹੀਂ ਆ ਰਿਹਾ। ਜਿਹੜੀਆਂ ਗੱਡੀਆਂ ਨੇ ਉਹਨਾਂ ਦੀ ਜਿਹੜੀ ਰਫ਼ਤਾਰ ਹੈਗੀ ਉਹ ਮੱਠੀ ਪੈ ਗਈ ਹੈ, ਉਹਨੂੰ ਠੱਲ ਪੈ ਗਈ ਹੈ ਅਤੇ ਦੂਜੇ ਪਾਸੇ ਤੁਹਾਨੂੰ ਜਿਹੜੇ ਵਾਹਨ ਨੇ ਉਹਨਾਂ ਦੀ ਹਾਲਤ ਦਿਖਾਈਏ ਕਿ ਕਈ ਜਿਹੜੇ ਰਾਹਗੀਰ ਨੇ, ਕਾਰ ਸਵਾਰ ਨੇ, ਬਾਈਕ ਸਵਾਰ ਨੇ, ਉਹ ਆਪਣਾ ਰਸਤਾ ਭੁੱਲ ਰਹੇ ਨੇ ਅਤੇ ਉਹਨਾਂ ਨੂੰ ਵੀ ਦੱਸਣਾ ਪੈ ਰਿਹਾ ਕਿ ਤੁਸੀਂ ਇਸ ਸੜਕ ਤੋਂ ਆਪਣੀ ਮੰਜ਼ਿਲ ਵੱਲ ਜਾਓ। ਦੂਜੇ ਪਾਸੇ ਇੱਥੇ ਕੁਝ ਨੌਜਵਾਨ ਖੜ੍ਹੇ ਨੇ, ਉਹਨਾਂ ਨਾਲ ਵੀ ਗੱਲ ਕਰ ਰਹੇ ਨੇ ਕਿ ਅਗਰ ਮਸਲਾ ਕੀ ਹੈ, ਕਿਉਂਕਿ ਧੁੰਦ ਦੇ ਕਰਕੇ ਹੀ ਜਿਹੜੇ ਨੌਜਵਾਨ ਇੱਥੇ ਖੜ੍ਹੇ ਨੇ ਇਹਨਾਂ ਨਾਲ ਗੱਲ ਕਰਨੀ ਹੈ ਕਿ ਕਿੱਥੋਂ ਆਏ ਨੇ, ਕੀ ਨਾਮ ਹੈ ਜੀ, ਕਿੱਥੋਂ ਆਏ ਹੋ ਜੀ? ਵੀਰ ਜੀ ਇੱਥੇ ਖੜ੍ਹੇ ਹੋ, ਕਿਸ ਤਰ੍ਹਾਂ ਦੇ ਹਾਲਾਤ ਨੇ, ਧੁੰਦ ਕਿੰਨੀ? ਹਾਲਾਤ ਤਾਂ ਭਾਈ ਜੀ ਧੁੰਦ ਬਹੁਤ ਜ਼ਿਆਦਾ ਹੈ। ਕਈ ਗੱਡੀਆਂ ਵਾਲੇ ਮਤਲਬ ਸਾਨੂੰ ਇਸ ਤਰ੍ਹਾਂ ਪੁੱਛਦੇ ਨੇ ਵੀ ਉਹ ਇੱਥੇ ਦੇ ਰਹਿਣ ਵਾਲਿਆਂ ਨੂੰ ਵੀ ਸਾਨੂੰ ਮਤਲਬ ਕਿ ਪਤਾ ਨਹੀਂ ਲੱਗ ਰਿਹਾ ਵੀ ਮਤਲਬ ਕਿ ਰਸਤਾ ਕਿੱਧਰ ਨੂੰ ਸਾਡੇ ਪਿੰਡ ਨੂੰ ਕਿਹੜਾ ਹੀ ਹੁਣ ਆਪਾਂ ਜਿਵੇਂ ਇਹਨਾਂ ਨੇ ਸਮਾਣੇ ਜਾਣਾ ਹੈ। ਸਾਨੂੰ ਕਈ ਗੱਡੀਆਂ ਵਾਲਿਆਂ ਦੇ ਘੁੰਮਣ ਵਾਲੇ ਸਾਨੂੰ ਇਸ ਤਰ੍ਹਾਂ ਕਰਕੇ ਉਲਟ ਸਾਈਡ ਆ ਕੇ ਫਿਰ ਉਹਨੂੰ ਅਸੀਂ ਉਹਨਾਂ ਨੂੰ ਦੱਸਿਆ ਵੀ ਬਾਈ ਜੀ ਇਸ ਤਰ੍ਹਾਂ ਕਰਕੇ ਪਤਾ ਚੱਲ ਜੀ ਰਾਈਟ ਬਾਈ ਤੁਸੀਂ ਹੁਣ ਮੋਟਰਸਾਈਕਲਾਂ 'ਤੇ ਆ ਰਹੇ, ਇਹ ਮੋਟਰਸਾਈਕਲ ਦੀ ਲਾਈਟ ਚੱਲ ਜਾਂਦੀ ਹੈ ਤਾਂ ਕਿ ਮਤਲਬ ਕਿ ਅਸੀਂ 5 ਮੀਟਰ ਵੀ ਨਹੀਂ ਦੇਖ ਸਕਦੇ। ਨਹੀਂ ਦੇਖ ਸਕਦੇ? ਹਾਂ, ਇੰਨੇ ਮਤਲਬ ਕਿ ਜ਼ਿਆਦਾ ਧੁੰਦ ਹੈ ਕੁਛ ਜਿਵੇਂ ਨਹਿਰ ਦਾ ਏਰੀਆ ਹੋ ਗਿਆ ਅਤੇ ਉਹਦੇ ਕਰਕੇ ਧੁੰਦ ਦਾ ਮਤਲਬ ਕਿ ਅੱਜ ਤਾਂ ਬਹੁਤ ਜ਼ਿਆਦਾ ਧੁੰਦ ਹੈ। ਵੀਰ ਜੀ ਤੁਸੀਂ ਬਾਈਕ ਚਲਾਉਂਦੇ ਆ ਰਹੇ ਸੀਗੇ, ਪੂਰੇ ਕੱਪੜੇ ਤਾਂ ਤੁਸੀਂ ਪਾ ਰੱਖੇ ਨੇ ਕਿ ਗਰਮੀ ਵੀ ਅੱਜ ਦੇ ਸਾਨੂੰ ਹੈ ਨਾ ਠੰਡ ਹੋ ਰਹੀ ਹੈ, ਪਰ ਜਿਸ ਤਰ੍ਹਾਂ ਇੱਕ ਬਾਈਕ ਸਵਾਰ ਨੂੰ ਜਾਂ ਇੱਕ ਵਾਹਨ ਚਾਲਕ ਨੂੰ ਕਿੰਨਾ ਕੁ ਸਾਹਮਣਾ ਕਰਨਾ ਪਿਆ ਆਪਣਾ ਹੈ ਜਦੋਂ ਤੁਸੀਂ ਹੁਣ ਇੱਥੇ ਆਏ? ਬਿਲਕੁਲ ਤੁਸੀਂ ਦੇਖੋ ਜਿਹੜੇ ਨੌਜਵਾਨ ਨੇ ਸਤਸੰਗ ਘਰ 'ਚ ਸੇਵਾ ਕਰਨ ਗਏ ਸੀ ਅਤੇ ਉਹਨਾਂ ਨੇ ਕਿਹਾ ਕਿ ਅਸੀਂ ਮੋਟਰਸਾਈਕਲ ਦੀ ਲਾਈਟ ਬੰਦ ਕਰਕੇ ਆ ਰਹੇ ਹਾਂ ਕਿਉਂਕਿ ਜਦੋਂ ਮੋਟਰਸਾਈਕਲ ਦੀ ਜਾਂ ਕਾਰ ਦੀ ਲਾਈਟ ਧੁੰਦ ਦੇ ਉੱਪਰ ਪੈਂਦੀ ਹੈ ਤਾਂ ਉਹ ਜਿਹੜੀ ਧੁੰਦ ਹੈ ਉਹ ਹੋਰ ਸੰਘਣੀ ਹੋ ਜਾਂਦੀ ਹੈ। ਤੁਸੀਂ ਖੁਦ ਦੇਖੋ ਕਿ ਇਹ ਜਿਹੜੇ ਨੌਜਵਾਨ ਨੇ ਇਹਨਾਂ ਦਾ ਪਿੰਡ ਲਗਭਗ 1 ਜਾਂ 2 ਕਿਲੋਮੀਟਰ ਦੀ ਦੂਰੀ 'ਤੇ, ਪਰ ਇਹ ਕਹਿੰਦੇ ਜਦੋਂ ਅਸੀਂ ਇੱਥੋਂ ਆਏ ਹਾਂ ਤਾਂ ਸਾਨੂੰ ਇੱਥੇ ਆਉਣ ਦੇ ਵਿੱਚ 20-25 ਮਿੰਟ ਲੱਗ ਗਏ ਕਿ ਅਸੀਂ ਜਾਈਏ ਜਿਸ ਨੂੰ ਇਹਨਾਂ ਨਾਲ ਵੀ ਗੱਲ ਕਰ ਲਈਏ। ਕੀ ਨਾਮ ਹੈ ਤੁਹਾਡਾ? ਨਾਮ ਗੁਰਸੇਵ ਸਿੰਘ ਜੀ। ਗੁਰਸੇਵ, ਕਿੰਨਾ ਕੁ ਔਖਾ ਹੋਇਆ ਜਦੋਂ ਤੁਸੀਂ ਇੱਥੋਂ ਸੇਵਾ ਕਰਕੇ ਪਿੰਡ ਜਾ ਰਹੇ ਸੀ? ਬਹੁਤ ਔਖਾ ਹੋਇਆ ਜੀ, ਬਹੁਤ ਹੁੰਦੇ ਪੈ ਗਏ, ਜਿਹਦੇ 'ਚ ਐਕਸੀਡੈਂਟ ਵੀ ਬਹੁਤ ਹੋ ਰਹੇ ਨੇ, 8:30 ਦੇ ਕਰੀਬ ਰਾਮ ਦੌੜ ਨੇੜੇ ਬਾਅਦ ਪਿੰਡ ਐਕਸੀਡੈਂਟ ਹੋਇਆ। ਬਿਲਕੁਲ, ਅਤੇ ਹੁਣ ਤੁਸੀਂ ਲੋਕਾਂ ਨੂੰ ਸਮਝਾਇਆ ਕੋਈ ਮਿਲੇ ਤੋਂ ਰਾਹ ਨੂੰ ਪੁੱਛਦੇ ਸੀ, ਮੈਂ ਦੇਖਿਆ ਸੀਗਾ? ਹਾਂਜੀ, 2-3 ਘੰਟੇ ਵਾਲੀ ਬਿਲਕੁਲ। ਜਿਹੜੇ ਨੌਜਵਾਨ ਨੇ ਕਹਿੰਦੇ ਜੀ ਅਸੀਂ ਇੰਨੀ ਮਾੜੀ ਹਾਲਤ ਦੇ ਵਿੱਚ ਆਏ ਹਾਂ, ਇੰਨੀ ਧੁੰਦ ਪੈ ਰਹੀ ਹੈ, ਤੁਸੀਂ ਇੱਕ ਵਾਰੀ ਫਿਰ ਦੇਖੋ ਕਿ ਇਹ ਜਿਹੜੇ ਰੇਹੜੀ ਦੇ ਉੱਪਰ ਆਏ ਨੇ ਭਾਈ ਸਾਹਿਬ, ਇਹ ਵੀ ਵਿਚਾਰੇ ਰਾਹ ਪੁੱਛ ਰਹੇ ਨੇ ਕਿ ਇਹਨਾਂ ਨੂੰ ਧੁੰਦ ਦੇ ਵਿੱਚ ਕੁਝ ਨਜ਼ਰ ਨਹੀਂ ਆ ਰਿਹਾ, ਅਤੇ ਜਿਹੜੇ ਨੌਜਵਾਨ ਨੇ ਇਹਨਾਂ ਨੂੰ ਰਾਹ ਦੱਸ ਰਹੇ ਨੇ ਕਿ ਤੁਸੀਂ ਜੇ ਤੁਸੀਂ ਸਮਾਣੇ ਜਾਣਾ, ਭਵਾਨੀਗੜ੍ਹ ਜਾਣਾ ਜਾਂ ਰਾਜਸਰੇ ਜਾਣਾ ਤਾਂ ਤੁਹਾਨੂੰ ਕਿਹੜਾ ਰਸਤਾ ਸਹੀ ਰਹੂਗਾ? ਧੁੰਦ ਦਾ ਕਹਿਰ ਵਾਕਈ ਜਾ ਰਿਹਾ। ਤੁਹਾਨੂੰ ਤਸਵੀਰਾਂ ਅਸੀਂ ਹੋਰ ਦਿਖਾ ਦਈਏ ਕਿ ਇਹ ਜਿਹੜੀਆਂ ਗੱਡੀਆਂ ਨੇ ਇਹਨਾਂ ਦੀ ਰਫ਼ਤਾਰ
ਰਫਤਾਰ ਨੂੰ ਬ੍ਰੇਕਾਂ ਲੱਗ ਚੁੱਕੀਆਂ ਨੇ, ਵਾਹਨ ਜਿਹੜੇ ਬਹੁਤ ਹੀ ਸਲੋਅ ਰਫਤਾਰ ਦੇ ਨਾਲ ਜਾ ਰਹੇ ਨੇ, ਜਿਸ ਤੋਂ ਸਾਫ਼ ਹੈ ਕਿ ਜਿਹੜੀ ਧੁੰਦ ਹੈ ਉਹਦਾ ਇਸ ਜਗ੍ਹਾ ਦੇ ਉੱਪਰ ਹੀ ਨਹੀਂ ਬਲਕਿ ਪੂਰੇ ਪੰਜਾਬ ਦੇ ਵਿੱਚ, ਇਹ ਜਿਹੜਾ ਨੈਸ਼ਨਲ ਹਾਈਵੇ ਹੈ ਜਿੱਥੇ ਅਸੀਂ ਖੜ੍ਹੇ ਹਾਂ ਉਹਦੇ ਉੱਪਰ ਇੰਨਾ ਅਸਰ ਹੈ ਕਿ ਤੇਜ਼ ਰਫਤਾਰ 'ਚ ਜਾਣ ਵਾਲੀਆਂ ਗੱਡੀਆਂ ਦੀ ਸਪੀਡ ਨੂੰ ਬ੍ਰੇਕਾਂ ਲੱਗ ਗਈਆਂ ਨੇ। ਅਸੀਂ ਵੀ ਇਹੀ ਅਪੀਲ ਕਰਦੇ ਹਾਂ ਕਿ ਜੇਕਰ ਤੁਸੀਂ ਵਾਹਨ ਚਲਾਉਂਦੇ ਹੋ ਤਾਂ ਉਸਨੂੰ ਬਿਲਕੁਲ ਹੌਲੀ ਰਫਤਾਰ ਦੇ ਵਿੱਚ ਚਲਾਓ, ਕਿਉਂਕਿ ਧੁੰਦ ਦੇ ਕਰਕੇ ਲਗਾਤਾਰ ਹਾਦਸੇ ਹੋ ਰਹੇ ਨੇ ਅਤੇ ਘਰ ਦੇ ਵਿੱਚ ਹਰ ਇੱਕ ਨੂੰ ਕੋਈ ਨਾ ਕੋਈ ਉਹਨਾਂ ਦੇ ਪਰਿਵਾਰ ਦਾ ਮੈਂਬਰ ਪਰਿਵਾਰ ਜ਼ਰੂਰ ਉਡੀਕ ਰਿਹਾ ਹੁੰਦਾ। ਪਟਿਆਲਾ ਨੈਸ਼ਨਲ ਹਾਈਵੇ ਨੰਬਰ 7 ਤੋਂ ਮਨੋਜ ਸ਼ਰਮਾ, ਨਿਊਜ਼ 18, ਪੰਜਾਬ।